ਬਹਿਸਬਾਜ਼ੀ ਤੇ ਲੜਾਈ ਦੀਆਂ ਇਹ ਤਸਵੀਰਾਂ ਦੋ ਗੁਆਂਢੀਆਂ ਦੀਆਂ ਨੇ ਜੋ ਗੱਡੀ ਨੂੰ ਲੈ ਕੇ ਆਪਸ ਵਿੱਚ ਲੜ ਪਏ ਤੇ ਬਹਿਸਬਾਜ਼ੀ ਤੋਂ ਬਾਅਦ ਹਥਿਆਰ ਤੱਕ ਕੱਢ ਲਏ। ਇੱਕ ਨੌਜਵਾਨ ਦੇ ਉੱਤੇ ਦਾਤ ਦੇ ਨਾਲ ਕਈ ਵਾਰ ਕੀਤੇ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਦਰਅਸਲ ਇੱਥੇ ਗੱਡੀ ਨੂੰ ਲੈ ਕੇ ਇਹਨਾਂ ਦੋ ਗੁਆਂਢੀਆਂ ਦੇ ਵਿੱਚ ਇਸ ਕਦਰ ਬਹਿਸ ਹੋਈ ਕਿ ਪਹਿਲਾਂ ਤਾਂ ਗਲੀ ਦੇ ਵਿੱਚ ਕਾਫੀ ਦੇਰ ਤੱਕ ਇਹ ਲੜਦੇ ਰਹਿੰਦੇ ਨੇ, ਬਹਿਸਬਾਜ਼ੀ ਕਰਦੇ ਨੇ, ਫਿਰ ਹੱਥੋਂ ਪਾਈ ਤੱਕ ਹੁੰਦੀ ਹੈ। ਹੱਥੋਂ ਪਾਈ ਤੋਂ ਬਾਅਦ ਇੱਕ ਨੌਜਵਾਨ ਦਾਤ ਲੈ ਕੇ ਆਉਂਦਾ ਹੈ ਤੇ ਦੂਸਰੇ ਤੇ ਹਮਲਾ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ, ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜੋ ਕਿ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਗਲੀ ਦੇ ਵਿੱਚ ਖੜੇ ਪਹਿਲਾਂ ਤਾਂ ਬਹਿਸਬਾਜ਼ੀ ਚੱਲਦੀ ਹੈ, ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਨੇ, ਇੱਕ ਦੂਜੇ ਨਾਲ ਬਹਿਸ ਕਰਦੇ ਨੇ ਇਹ ਨੌਜਵਾਨ। ਫਿਰ ਇੱਕ ਹੋਰ ਨੌਜਵਾਨ ਘਰ ਜਾਂਦਾ ਹੈ ਅਤੇ ਦਾਤ ਕੱਢ ਕੇ ਲਿਆਉਂਦਾ ਤੇ ਆਉਂਦਿਆਂ ਹੀ ਵਾਰ ਕਰ ਦਿੰਦਾ ਹੈ। ਇਸ ਤੋਂ ਬਾਅਦ ਬਾਕੀ ਲੋਕਾਂ ਦੇ ਵੱਲੋਂ ਉਸਨੂੰ ਰੋਕਿਆ ਜਾਂਦਾ ਹੈ, ਹਟਾਇਆ ਜਾਂਦਾ ਹੈ, ਪਰ ਜਿਸ ਕਦਰ ਉਹ ਹਮਲਾ ਕਰਦਾ ਹੈ, ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਉਸਨੂੰ ਹਸਪਤਾਲ 'ਚ ਲਿਜਾਣਾ ਪੈਂਦਾ ਹੈ। ਉਧਰ ਹੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਜਾਂਚ ਦੀ ਗੱਲ ਆਖੀ ਗਈ ਹੈ। ਇਹ ਤਸਵੀਰਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀਆਂ ਨੇ, ਜਿੱਥੋਂ ਦੇ ਰਹਿਣ ਵਾਲੇ ਇਹ ਦੋ ਗੁਆਂਢੀ ਨੇ ਗੱਡੀ ਨੂੰ ਲੈ ਕੇ ਆਪਸ ਵਿੱਚ ਬਹਿਸ ਹੋਈ ਅਤੇ ਬਹਿਸ ਇੰਨੀ ਵੱਧ ਗਈ, ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਫਿਰ ਹਥਿਆਰ ਤੱਕ ਨਿਕਲ ਆਏ, ਇੱਕ ਦੂਜੇ ਤੇ ਵਾਰ ਕਰ ਦਿੱਤੇ। ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਉਧਰ ਜ਼ਖਮੀ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਹ ਭਾਅ ਜੀ, ਮੇਰੇ ਮੁੰਡੇ ਦੇ ਕਾਫੀ ਜ਼ਿਆਦਾ ਚੋਟ ਲੱਗੀ ਆ, ਮੈਂ ਪਰੇਸ਼ਾਨ ਹਾਂ, ਨਾਗਲੈਂਡ ਦੇ ਮੈਂ ਆਪਣੇ ਬੇਟੇ ਨੂੰ ਦੇਖਾਂਗਾ ਜਾ ਕੇ ਹੋਸਪਿਟਲ ਪਹਿਲੇ, ਸਭ ਤੋਂ ਪਹਿਲਾਂ ਉਹ ਤੋਂ ਬਾਅਦ ਜਿਹੜੀ ਕਾਰਵਾਈ ਕੀ ਉਹ ਮੈਂ ਦੇਖਾਂਗਾ ਨਾਗਲ। ਭਾਅ ਜੀ, ਉਹਦਾ ਓਪਰੇਟ ਕਰਨਾ ਪੈਣਾ ਨਾ, ਉਹਦੀਆਂ ਨਸਾਂ ਕੱਟੀਆਂ ਗਈਆਂ ਨਾਗਲੈਂਡ ਦੇ ਉਹਦੀਆਂ। ਭਾਅ ਜੀ, ਉਹ ਜਾ ਕੇ ਪੁਲਿਸ ਉੱਥੇ ਜਾ ਕੇ ਦੱਸੇਗੀ ਨਾਗਲੈਂਡ ਨੇ ਕੀ ਕਰਨਾ। ਉਹ ਮੇਰੇ ਹੀ ਚਾਚਾ ਜੀ ਹੈ ਜਿਹਨਾਂ ਉੱਪਰ ਹਮਲਾ ਕਰ ਲੈਂਗੇ, ਪਹਿਲਾਂ ਤਾਂ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ, ਉਹਨੇ ਬਾਂਹ ਕਰ ਲਈ ਕਿਤੇ ਉਹਦੇ ਹੱਥ 'ਤੇ ਤਾਂ ਵੱਜ ਗਿਆ ਕਿਤੇ, ਬਸ ਆਹ ਗੱਲ, ਬਸ ਉਹ ਪੈਰ 'ਤੇ ਗੱਡੀ ਚੜ੍ਹਾਉਣ ਲੱਗਾ ਸੀ, ਇਸੇ ਗੱਲੋਂ ਲੜਾਈ ਹੋਈ ਆ, ਹੋਰ ਕੀ ਕਰਨੀ, ਉਹ ਨਸ਼ੇ 'ਚ ਹੈਗੇ ਬਿਲਕੁਲ, ਉਹ ਤਾਂ ਕਰਕੇ ਇਸੇ ਤਰ੍ਹਾਂ ਬਾਅਦ 'ਚ ਭੇਜ ਵੀ ਦਿੱਤਾ, ਫਿਰ ਦੋਨੋਂ ਜਣੇ ਆਏ ਆ, ਦਾਤਰ ਲੈ ਕੇ ਆਏ ਆ। ਕਿਹੜੀ ਗੱਡੀ ਹੈ ਉਹਨਾਂ ਕੋਲ? ਸਵਿਫਟ, ਸਵਿਫਟ i20 ਹੈ। ਨਸ ਵੱਢੀ ਗਈ, ਹੱਡੀ ਵੀ ਟੁੱਟ ਗਈ ਆ, ਹਾਂਜੀ, ਦਾਤਰ ਮਾਰੇ ਉਹਨੇ, ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ, ਇਹ ਪਿੱਛੋਂ ਆਇਆ ਸਾਲਾ, ਉਹਨੇ ਹਮਲਾ ਕੀਤਾ, ਹੁਣ ਜਾਨੋ ਮਾਰਨ ਦੀ ਨੀਤ ਨਾ, ਕੈਮਰੇ 'ਚ ਆਈ ਵੀ ਹੋਣੀ ਆ, ਵੀਡੀਓ ਰਿਕਾਰਡਿੰਗ ਆ, ਦੋਨੋਂ ਪਾਸੇ ਕੈਮਰੇ ਲੱਗੇ, ਕਿੱਦਾਂ ਆਇਆ ਹੋਊਗਾ ਹੁਣ ਵਿਖਾ ਵੀ ਦੇਵਾਂਗੇ ਸਾਰਿਆਂ ਨੂੰ। ਹਾਂਜੀ, ਕੀ ਮੰਗ ਕਰਦੇ ਹੋ ਹੁਣ? ਬਸ ਆਹੀ, ਸਾਨੂੰ ਇਨਸਾਫ਼ ਚਾਹੀਦਾ, ਪਰਚਾ, ਸਾਨੂੰ ਪਰਚਾ ਚਾਹੀਦਾ ਉਹਦੇ 'ਤੇ, ਉਹ ਜਿਹੜੀ ਗਲੀ, ਉਹ ਸਾਰੇ ਜਿਹੜੇ ਘਰ ਦੇ ਹੈਗੇ ਸਮੈਕੀ ਹੈਗੇ ਆ, ਉਹਨਾਂ ਸਾਰਿਆਂ 'ਤੇ ਸਾਨੂੰ ਪਰਚਾ ਚਾਹੀਦਾ। ਬਸ ਕਿੱਥੇ ਲੜਾਈ ਹੋਈ? ਸੁਲਤਾਨ ਮੇਂ ਰੋਡ ਨੀਅਰ ਕਾਲਿਆਂ ਦੀ ਕਲੋਨੀ, ਕਾਲਿਆਂ ਦੀ ਕਲੋਨੀ। ਬਾਈ, ਗਲੀ 'ਚ ਆਪਾਂ ਤੁਹਾਡੇ ਚਾਚਾ ਜੀ ਖਲੋਤੇ ਹੋਏ ਅਤੇ ਦੋ ਪਿੱਛੋਂ i20 ਦੇ ਮੁੰਡੇ ਆਏ, ਉਹ ਆਪਣੀ ਫੈਮਿਲੀ ਨਾਲ ਹੈਗੇ, ਉਹ ਵੀ ਉਹ ਕਦੇ ਫੰਕਸ਼ਨ ਤੋਂ ਆਏ, ਆਪਾਂ ਵੀ ਫੰਕਸ਼ਨ ਤੋਂ ਆਏ, ਸਾਡੇ ਚਾਚਾ ਜੀ ਗਲੀ 'ਚ ਖਲੋਤੇ ਅਤੇ ਅਚਾਨਕ ਯਕਦਮ ਆਏ ਅਤੇ ਇਹਨਾਂ ਨੇ ਪੈਰ ਦੇ ਆ ਕੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਕੱਢਦੇ ਆ, ਨਸ਼ਾ ਪਤਾ ਇਹ ਬਿਲਕੁਲ ਕਰਦੇ ਜੇ ਪੂਰਾ, ਠੀਕ ਆ, ਇਹ ਲਾਗੋ ਨੰਗੇ, ਇਹਨਾਂ ਨੇ ਇੰਨੀ ਤੇਜ਼ ਨਾਲ ਕੱਢੀ, ਉਹਨਾਂ ਨੇ ਆਵਾਜ਼ ਦਿੱਤੀ, ਇਹ ਅੱਗੋਂ ਪੈਰ 'ਤੇ, ਇਹ ਕਹਿੰਦਾ ਪੈਰ 'ਤੇ ਚੜ੍ਹਾਉਣੀ ਤੁਹਾਡੇ, ਇੱਥੇ ਗੱਲੋਂ ਮਾੜੀ ਮਾੜੀ ਉਹ ਰੱਜੇ ਇਹੀ, ਉਹ ਬਾਅਦ 'ਚ ਹੌਲੀ ਆ ਜਾ ਕੇ ਉਹਨਾਂ ਨੇ ਕਿਹਾ, ਸਾਡੇ ਚਾਚੇ ਨੇ ਕਿਹਾ, ਕਹਿੰਦੇ ਆਏਗਾ ਇੱਧਰ ਫਿਰ ਗੱਲ ਹੋਏਗੀ, ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ, ਉਹ ਬਾਅਦ ਦਾਤਰ ਲੈ ਕੇ ਆ ਕੇ ਸਾਡੇ 'ਤੇ ਹਮਲਾ ਕੀਤਾ, ਮੇਰੇ ਭਰਾ ਦੇ ਸੱਟ ਲੱਗੀ ਆ, ਦੋ ਦਾਤਰ ਲੈ ਕੇ ਆਏ ਸਾਡੇ ਘਰ ਦੇ ਬਾਅਦ, ਕੈਮਰੇ ਲੱਗੇ ਆ, ਵੀਡੀਓ ਪੂਰੀ ਦੇਵਾਂਗੇ ਤੁਹਾਨੂੰ। ਇੱਕ ਫੰਕਸ਼ਨ ਤੋਂ ਸਾਰੇ ਨੇ ਇਕੱਠੇ ਆਏ? ਇਕੱਠੇ ਨਹੀਂ ਆਏ, ਸਾਡੇ ਸਿਰਫ ਚਾਚਾ ਜੀ ਅਤੇ ਮੇਰੀ ਕਸ ਗਈ, ਉਹ ਪਤਾ ਨਹੀਂ ਇਹ ਚਾਚਾ ਹੀ ਗਏ, ਉਹ ਆਏ ਸਿਰਫ,
ਮੁੰਡਿਆਂ ਦੀ ਪਹਿਚਾਣ ਪੂਰੀ ਗਈ ਹੈ, ਪਿੱਛੇ ਸਾਡੇ ਮਹੱਲੇ ਰਹਿੰਦੇ ਆ, ਬੰਦ ਗਲੀ ਗਏ, ਨਸ਼ੇੜੀ ਮੁੰਡੇ ਗਏ ਆ, ਪਿੱਛੇ ਵੀ ਇਹਨਾਂ ਦਾ ਲੜਾਈ ਹੋਈ ਸੀ ਇਹ ਮਹੱਲੇ 'ਚ, ਜਿਹਨੂੰ ਮਰਜ਼ੀ ਪੁੱਛੇ ਬੰਦੇ ਕਿੱਦਾਂ ਦੇ ਗਏ, ਇਹਨਾਂ ਨੇ ਕੀ ਕੀਤਾ, ਅੱਜ ਇਹਨਾਂ ਦਾਤਰ ਮਾਰੇ ਸਾਡੇ, ਮੇਰੇ ਭਰਾ ਦੇ ਸੱਟ ਲੱਗੀ ਅਤੇ ਬਾਂਹ 'ਚ ਨਸ ਵੱਢੀ ਗਈ ਕਿੰਨੀ, ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਚਾਹੁੰਦੇ, ਆਪਾਂ ਹੁਣ ਇਹੀ ਆ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਚਾਹੀਦਾ, ਇਨਸਾਫ਼ ਚਾਹੀਦਾ ਬਸ। ਸਾਨੂੰ ਹੁਣੇ ਇਤਲਾਹ ਮਿਲੀ ਆ ਕਿ ਇੱਥੇ ਦੋ ਧਿਰਾਂ ਆਪਸ ਵਿੱਚ ਲੜੀਆਂ ਨੇ ਸੁਦਰਸ਼ਨ ਨਗਰ ਵਿੱਚ, ਅਤੇ ਅਸੀਂ ਹੁਣ ਮੌਕੇ 'ਤੇ ਆਏ ਹਾਂ, ਅਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਅਤੇ ਉਹਨੂੰ ਹੋਸਪਿਟਲ ਲੈ ਕੇ ਗਏ, ਹੁਣ ਅਸੀਂ ਹੋਸਪਿਟਲ ਜਾ ਰਹੇ ਹਾਂ, ਉਹਦੇ ਬਿਆਨ ਲਵਾਂਗੇ, ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ 'ਤੇ ਜੋ ਵੀ ਕਾਰਵਾਈ ਹੋਏਗੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆ ਉਹ, ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ, ਹਜੇ ਸਾਨੂੰ ਪਤਾ ਨਹੀਂ ਹੈ, ਇਹਨਾਂ ਕੋਲ ਪੁੱਛਗਿੱਛ ਕਰਨ ਤੋਂ ਬਾਅਦ ਅਸੀਂ CCTV ਫੁਟੇਜ ਹਜੇ ਸਾਨੂੰ ਮਿਲੀ ਨਹੀਂ, ਹਜੇ ਤਾਂ ਅਸੀਂ ਮੌਕੇ 'ਤੇ ਆਏ ਹਾਂ ਸਰ, ਅਤੇ ਅਸੀਂ ਜੋ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਦਾਂਗੇ ਜੀ।